ਠੇਠ ਹਰਿਆਣਾ ਦੇਖਣ ਵਾਲਿਆਂ ਨੇ ਸਾਰਿਆਂ ਨੂੰ ਜੁਗਾੜੀ ਪੱਤਰਕਾਰ ਪਵਨ ਗਿੱਲ ਕੀ ਰਾਮ ਰਾਮ। ਜੁਗਾੜ ਚੁਣਾਵ ਯਾਤਰਾ ਲੈ ਕੇ ਮੈਂ ਪਹੁੰਚਿਆ ਹੁਣ ਟੁਆਣਾ ਵਿਧਾਨ ਸਭਾ ਕੇ ਗਾਮ ਰੱਤਾ ਖੇੜਾ ਮੈਂ। ਜ਼ਰੂਰਤ ਹੈ ਇੱਕ ਔਰ ਬਤਾ ਦਿੰਦਾ ਮੈਂ, ਬੀਜੇਪੀ ਪ੍ਰਦੇਸ਼ ਅਧਿਕਸ ਜੋ ਸੁਭਾਸ਼ ਬਰਾਲਾ ਉਸਕਾ ਗਾਮ ਕਾ ਲਾਗਦੇ ਗਾਮ ਹੈ ਯੂ, ਜੋ ਇਸਕਾ ਬੱਸ ਸਟੈਂਡ ਹੈ ਉਸਤਾ ਸਾਰਾ ਆਧਾ ਕਿਲੋਮੀਟਰ ਵੀ ਦੂਰ ਕੋਨੀ ਉਸਕੀ ਕੋਠੀ। ਤੋ ਇਨ ਲੋਕਾਂ ਤੋਂ ਪੁੱਛਾਂਗੇ ਉਤੇ ਕਿਤਨੇ ਕਾਮ ਕਰੇ ਹੈ, ਕਿਤਨੇ ਕੇ ਸੰਤੁਸ਼ਟ ਹੈ, ਅਗਲਾ ਵਿਧਾਇਕ ਉਸੇ ਨਾ ਬਣਾ ਹੈ ਜਾਂ ਕੋਈ ਅਲੱਗ ਚਿਹਰਾ। ਰਾਮ ਰਾਮ ਤਾਊ। ਬਰਾਲਾ ਨੇ ਕਿਸੇ ਕੰਮ ਕਰੇ ਹੈ? ਵਧੀਆ ਕਰੇ ਹੈ ਜੀ। ਕੀ ਕਰੇ ਹੈ ਵਧੀਆ ਤਾਊ ਬਤਾਓ। ਸਾਰੇ ਕਰੇ ਜੀ, ਗਾਲ ਗੂਲਾਂ ਕੇ ਜੀ, ਔਰ ਹੈ ਡੱਗੀ ਆ ਸਾਰਾ ਕਰੇ ਹੈ ਜੀ। ਅੱਗੇ ਵਿਧਾਇਕ ਕਿਤੀ ਬਣਾਉਣਾ ਚਾਹੋਗੇ? ਹਾਂ ਬਰਾਲਾ ਨੂੰ ਬਣਾਉਣਾ ਚਾਹਾਂ ਜੀ, ਵਧੀਆ ਆਦਮੀ ਹੈ। ਰਾਮ ਰਾਮ ਤਾਊ। ਰਾਮ ਰਾਮ ਬਾਈ। ਬਰਾਲਾ ਨੇ ਕਿਸੇ ਕੰਮ ਕਰੇ? ਹਾਂ ਬਰਾਲਾ ਨੇ ਕਰਿਆ, ਗੋਬਰ ਮੈਂ ਸੰਗਾ ਉਰਿਆ ਹੈ ਜਾਂ ਕਰਾਖਿਆ। ਬਰਾਲਾ ਨੇ ਦੇਖ ਲਈ ਬਰਾਲਾ ਕਾ ਹਾਲ ਜਾਂ ਦੇਖ ਲਈ ਉਰੇ ਕੀ। ਹਾਂ ਬਰਾਲਾ ਨੇ ਕੀ ਕਰਿਆ ਮਰਾ ਹੈ ਹੈ ਨੂੰ ਕੋ ਭ੍ਰਿਸ਼ਟਾਚਾਰ ਖਤਮ ਕਰ ਦਿਆ? ਆਹੋ ਕਰ ਦਿਆ, ਫਲਾ ਦਿਆ ਉਸਨੇ ਲੋਕਾਂ ਦੀ ਬੇਟੀਆਂ ਦੀ ਇੱਜ਼ਤ ਨੂੰ ਲੁੱਟਣ ਲਾ ਦੀਏ, ਛੋਰੀ ਜੰਮਣ ਤੋਂ ਹਟ ਗਏ ਲੋਕ। ਬਰਾਲਾ ਕਿਆ ਰਾਜ ਮੈਂ ਅੱਗੇ ਵਿਧਾਇਕ ਕੀਤੀ ਬਣਾਉਣਾ? ਐਵੇਂ ਤਾਂ ਦੇਖਾਂ ਬਦਲਾਂਗੇ, ਬੀਜਾਂ ਨੂੰ ਸਭ ਬਦਲ ਜੋੜ ਲਵਾਂਗੇ ਬਦਲਣ ਖਾਤਰ। ਇੱਕ ਜਨ ਨਾਇਕ ਜਨਤਾ ਪਾਰਟੀ ਕਾ ਬਬਲੀ ਹੈ, ਇੱਕ INLD ਕਾ ਸੈਣੀ ਹੈ, ਦੇਖੋ ਜੀ, ਔਰ ਇੱਕ ਪਰਮਵੀਰ ਹੈ। ਦੇਖੋ ਜੀ, ਆਵੇਂ ਪਰਮਵੀਰ ਵੀ ਦੇਖ ਲਿਆ, ਬਰਾਲਾ ਵੀ ਦੇਖ ਲਿਆ, ਬਬਲੀ ਕੀ ਦੇਖਾਂ ਐਤਕੀ ਪਾਠ ਜੇ ਮਾਰਾ ਕਿਵੇਂ ਬਣ ਜਾ ਸੰਵਿਧਾਨ ਹੈ। ਰਾਮ ਰਾਮ ਤਾਊ। ਰਾਮ ਰਾਮ ਬਾਈ। ਠੀਕ ਠਾਕ ਹੈ? ਹਾਂ ਠੀਕ। ਬਰਾਲਾ ਨੇ ਕਿਸੇ ਕੰਮ ਕਰੇ? ਤਾਰਾ ਬਹੁਤ ਕੰਮ ਕਰੇ ਸਰਕਾਰ ਨੇ, ਤਾਂ ਬਹੁਤ ਵਧੀਆ ਕਾਨੂੰਨ ਬਣਾਏ ਨੌਕਰੀ ਨਾਕਰੀਆਂ ਬਾਰੇ ਮੈਂ ਰੋਰ। ਭ੍ਰਿਸ਼ਟਾਚਾਰ ਪੈ ਕਵੇ ਹੈ, ਹਰੇਕ ਆਪਣਾ ਰਿਸ਼ਵਤ ਖੋਰੀ ਕੋਨੀ ਸਰਕਾਰ ਮੈਂ, ਪੈਸਾ ਇੱਕ ਨਹੀਂ ਲੱਗ ਗਿਆ। ਮੇਰਾ ਛੋਰਾ ਵੀ ਲੱਗ ਗਿਆ ਨੌਕਰੀ ਮੈਂ, ਜ਼ਮੀਨਦਾਰ ਖਾਤਰ ਵੀ ਲੱਗ ਗਿਆ। ਜ਼ਮੀਨਦਾਰ ਖਾਤਰ ਕਰਿਆ ਕਿਵੇਂ? ਜ਼ਮੀਨਦਾਰ ਖਾਤਰ ਵੀ ਕਰਿਆ, ਖਾਤੇ ਮੈਂ ਪੈਸੇ ਆਉਣ ਲੱਗ ਰਹੇ, 2000 ਰੁਪਏ ਇਸ ਸਰਕਾਰ ਨੇ ਕਰਿਆ। ਕਈ ਨਾਟਾਂ ਤਾਂ ਉਹਨੂੰ ਲੈ ਦਿੰਦੇ, ਤਾਂ ਵਿਰੋਧੀ ਵਾਲੇ ਤੋਂ ਕਰੇ ਖਰਾਬ ਸਰੀ ਮੈਂ। ਅੱਗ ਵੋਟ ਫਿਰ ਹਾਟ ਬਰਾਲਾ ਨੂੰ ਦਿਆਂਗੇ ਸਰਕਾਰੀ। ਰਾਮ ਰਾਮ ਪ੍ਰਧਾਨ। ਰਾਮ ਰਾਮ। ਬਰਾਲਾ ਨੇ ਕਿਸੇ ਕੰਮ ਕਰਿਆ? ਕੋਈ ਕੰਮ ਨਹੀਂ ਕਰਿਆ, ਮੇਰਾ ਕੰਮ ਮੈਂ ਪਾਲਟੀ ਬਾਜੀ ਕਰਾ ਰੱਖੀ ਹੈ। ਹਾਂ ਨੂੰ ਕੋ ਭ੍ਰਿਸ਼ਟਾਚਾਰ ਖਤਮ ਕਰ ਦਿਆ, ਜ਼ਮੀਨ ਕਰ ਦਿਆ, ਭ੍ਰਿਸ਼ਟਾਚਾਰ ਖਤਮ ਕਿਹੜਾ ਕਰ ਦਿਆ, ਦੂਣਾ ਵਧਾ ਰੱਖਿਆ। ਹੋਰ ਯਾ ਕੰਮ ਹੈ ਸਾਰਾ, ਹੋਰ ਯਾ ਭਾਈ ਤੋਂ ਕਿਉਂ ਤਿੜਕਾ, ਯਾ ਸਰਬੇ ਵਾਲਾ ਤੋਂ ਕਿਉਂ ਤਿੜਕਾ, ਬਬਲੀ ਨਾ ਬਣਾਵਾਂਗੇ ਭਾਈ, ਬਬਲੀ ਨੇ ਕੀ ਜੀਤ ਹੈ, ਬਬਲੀ ਵਧੀਆ ਆਦਮੀ ਹੈ। ਕੀ ਹੈ ਸਾ ਬਬਲੀ ਨੂੰ? ਬਬਲੀ ਖਾਸ ਬੰਦਾ ਹੈ, ਕਹਿੰਦਾ ਕੋਈ ਨਹੀਂ, ਬਬਲੀ ਮੈਂ ਸਾਰਾ ਸੋਦਾ ਹੈ। ਬਚਪਨ ਨੂੰ ਲੱਗ ਰਹੀ ਹੈ ਕਹਿਣਾ, ਬੀਜੇਪੀ ਨੂੰ ਮਿਲਿਆ ਜ਼ਮੀਂਦਾਰ ਖਾਤਰ ਮੈਂ ਬੀਮਾ ਸਕੀਮ ਲਿਆ, 2000 ਰੁਪਏ 2000 ਮੈਂ ਜ਼ਮੀਂਦਾਰਾਂ ਨੂੰ ਮੋਲ ਲੇਂਗੇ ਗੇ, ਐਂ ਪਰਾਲੀ ਇਹ ਚਲਾਉਣ ਲੱਗ ਰਹੀ ਹੈ, ਕੱਢਣਾ ਇਹਨੂੰ ਕਿਹੜਾ ਲੈ ਜਾਏਗੀ ਜ਼ਮੀਂਦਾਰ ਨੇ, ਉਹ ਪੁੱਛ ਹੀ ਨਾ ਮੈਂ ਪਹਿਲੀ। ਵੋਟ ਕਿਸ਼ਤੀ ਦੇਊਗਾ? ਬਬਲੀ ਨੂੰ ਦਿਆਂਗੇ ਵੋਟ, ਬਬਲੀ ਨੂੰ ਦਿੱਤੇ ਆਵਾਂਗੇ ਭਾਈ। ਪਰਮਵੀਰ ਵੀ ਖੇਡਿਆ ਹੈ, ਪਰਮਵੀਰ ਪਰਮਰੂਰ ਹੈ, ਕਿਸਕੀ ਵਾਰੀ ਕੋਈ ਰੱਤਾ ਖੇਡਾ, ਮੈਂ ਬਬਲੀ ਕੀ ਜੀਤ ਹੈ। ਕਿਉਂ ਭਾਈ ਉਹਨੂੰ ਕਹਿ ਦਿਆ, ਸੋਚਾ ਲਿਆ ਬਣਾ ਲਿਆ ਫਲਾਣਾ ਕਰ ਦਿਆ, ਮੈਂ ਮੇਰਾ ਇਤਨੇ ਸਾਲ ਹੋ ਗਏ, ਐਨ ਦਿਹਾੜੀਦਾਰ ਆਦਮੀ ਹੂੰ, ਐਨ 6 ਮਹੀਨਿਆਂ ਮੈਂ ਉੱਠਿਆ ਹੂੰ, ਐਨੂੰ ਕਹਿੰਦੇ ਆ ਮੁਫਤ ਸ਼ੌਚਾਲਿਆ ਕਰ ਦਿਆ ਗਏ, ਲੈ ਲੈਟਰਿੰਗ ਕੋਈ ਨਹੀਂ ਮੇਰੇ ਤੋਂ ਕਰਵਾ ਸਕਿਆ ਹੈ, ਹੈਂ 20 ਵਾਰੀ ਫਾਰਮ ਭਰ ਲਈਏ, ਇਹ ਬਰਾਲਾ ਨਾ ਹੈ, 20 ਵਾਰੀ ਫਾਰਮ ਭਰ ਲਈਏ 4 ਸਾਲ ਮੈਂ, ਹੈਂ ਹਾਲੇ ਥੋੜ੍ਹੀ ਉਹ ਕੋ ਨਹੀਂ ਆਇਆ ਮੇਰਾ ਤੋਂ, ਉਸ ਘਰਾਂ ਜਾ ਕੇ ਕਹਿ ਨਹੀਂ ਆਇਆ ਤਾ, ਕਹਿ ਕੇ ਆਵੇਂ ਉਨਕਾ ਵੀ ਜਾ ਕੇ ਦੇਖਿਆ ਹੈ, ਉਹ ਵੀ ਦੇਖ ਆਏ ਤੇ, ਹਾਂ ਬਣ ਜਾਏਗਾ ਤੇਰਾ ਕਹਿ, ਬਣਿਆ ਕੋ ਨਹੀਂ, ਬਣਿਆ ਕਿਆ ਨੂੰ ਦਾ, ਨਰੇਗਾ ਕਾਰਡ ਕੋ ਮੇਰੇ 2 ਵਜੇ ਥੋੜਾ ਪੰਚ ਕੇ ਦੇ ਆਇਆ ਮੈਂ ਕਾਗਜ਼ ਤੇ, ਹੈਂ ਬਰਾਲਾ ਨੇ ਕਿਸੇ ਕੰਮ ਕੁਛ ਨਹੀਂ ਕਰਿਆ ਹੈ ਉਹਦੇ ਤੋਂ, ਕੀ ਨੂੰ ਕੋ ਮਨਰੇਗਾ ਮੈਂ ਵੀ ਅੱਛੀ ਮਜ਼ਦੂਰੀ ਵਧਾਈ ਹੈ, ਨਾ ਮਜ਼ਦੂਰੀ ਵਧਾਈ ਨਾ ਕਿਸੇ ਕੇ ਕਾਗਜ਼ ਤੋਂ ਬਣਿਆ, ਮੈਂ 2 ਵਜੇ ਸਰਪੰਚ ਕੇ ਦੇ ਆਇਆ, ਬੜਾ ਲੈ ਕੇ ਜਾਏ ਕਦੀ ਨਹੀਂ ਬਣਿਆ ਮੇਰੇ ਵੀ, ਨੂੰ ਭ੍ਰਿਸ਼ਟਾਚਾਰ ਖਤਮ ਕਰ ਨਾ, ਨਾ ਵਧਾ ਦੇ ਤੂੰ ਇਹਨੂੰ ਖਤਮ ਕਰ ਦੇ, ਟਰੈਕਟਰਾਂ ਕੇ ਚਲਾਨ ਕੱਟਣ ਲੱਗ ਗਏ, ਮੋਟਰਸਾਈਕਲ 10,000 ਦਾ 25,000 ਦਾ ਚਲਾਨ ਕੱਟਾ ਲੱਗ ਕੇ ਕਰੇਗਾ, ਬੋਲ ਇਸੀ ਸਰਕਾਰ ਦਾ ਸਾਰੇ ਤੰਗ ਹੋ ਰਹੇ ਹਾਂ ਹਰਿਆਣਾ ਮੈਂ, ਹਾਂ ਇਪਕੀ ਬਾਹਰ CM ਦਵਸੰਤਰ ਦੋਸ਼ ਦਾ, ਹਾਂ ਰਾਮ ਰਾਮ ਤਾਊ। ਰਾਮ ਰਾਮ ਬਾਈ। ਠੀਕ ਠਾਕ ਹੈ? ਹਾਂ ਠੀਕ ਠਾਕ, ਤਬੀਅਤ ਜਮਾਂ ਸਹੀ ਹੈ? ਹਾਂ ਠੀਕ ਹੈ। ਆਪਣੇ ਬਰਾਲਾ ਨੇ ਕਿਵੇਂ ਸੇਵਾ ਕਰੀ ਹੈ ਗੱਲ ਕਹੀ ਕੋ ਨਹੀਂ? ਦੇਖੋ ਬਰਾਲਾ ਨੇ ਕੋਈ ਸੇਵਾ ਨਹੀਂ ਕਰੀ, ਕਹਿਣ ਕੀ ਬਾਤ ਹੈ, ਝੂਠੇ ਪ੍ਰਚਾਰ ਕਰ ਰਹੇ ਹੈ, ਮਾਰਾ ਕੰਮ ਗੁਰਦੁਆਰਾ ਬਣਿਆ ਥਾ, ਐਵੇਂ ਸਾਰਾ ਕੰਮ ਇਕੱਠਾ ਹੋ ਗਿਆ ਉਸ ਪੈ, ਉਸਨੇ ਰਾਜੀ ਬੰਦਾ ਕਰਾਉਣ ਕੇ ਬਜਾਏ ਉਸਨੇ ਗੁਰਦੁਆਰਾ ਪੁਲਿਸ ਭੇਜ ਦੀ, ਮਾਰਾ ਕੇ ਖੋਟਤਾ, ਗੁਰੂ ਘਰ ਤਾਂ ਸਭ ਕਾ ਸਾਂਝਾ ਹੈ, ਸਭ ਜਾਤੀ ਦਾ ਸਾਂਝਾ ਹੈ, ਸਭ ਕਾ ਹੈ, ਇਹ ਬੁਰਾ ਸਿਆਣੇ ਸਿਆਣੇ ਆਦਮੀ ਪੁਲਿਸ ਨੇ ਬੇਇੱਜ਼ਤੀ ਕਰੀ, ਕੀ ਕਾਰਨ ਥਾ, ਜਾਂ ਮੈਂ ਸਾਰਾ ਕੰਮ ਇਕੱਠਾ ਹੋਗਾ ਉਸਕੇ ਕੋਠੀਏ ਵਗ ਗਏ, ਉਸਨੇ ਵਿਸ਼ਵਾਸ ਦੇ ਦਿਆ ਵੀ ਕੋਈ ਉਹ ਨਹੀਂ ਆਵੇਗੀ,
फिर भी मेरे पुलिस आ गई सवेरे ਨੂੰ ਲੱਗ ਰਹੇ ਕਹਿਣ ਨੂੰ ਮਿਲਿਆ ਭ੍ਰਿਸ਼ਟਾਚਾਰ ਖਤਮ ਕਰ ਦਿਆ ਨੌਕਰੀਆਂ ਮੈਂ ਪਰਚੇ ਖਰਚੇ ਜੜੇ ਨਹੀਂ ਚੱਲਦੇ ਕੋਈ ਭ੍ਰਿਸ਼ਟਾਚਾਰ ਨਹੀਂ ਜੀ ਪੈਸਾ ਦੇ ਦਿਓ ਕੰਮ ਬਣ ਜਾ ਨਹੀਂ ਫਿਰਦੇ ਰਹੋ ਜੇ ਕੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਇਹਨੂੰ ਹਰੇਕ ਜ਼ਮੀਨਦਾਰ ਖਾਤਰ ਕਿਵੇਂ ਕਰਿਆ ਤਾ ਨਾ ਕੁਛ ਨਹੀਂ ਕਰਿਆ ਜ਼ਮੀਨਦਾਰ ਨੂੰ ਵੀ ਧਮਕੀ ਮਿਲ ਰਹੀ ਹੈ ਪਰਾਲੀ ਫੂਕਣ ਥਾਰਾ ਜਬਾਨਾ ਲੱਗ ਜਾਏਗਾ ਫਲਾਣੀ ਚੀਜ਼ ਲੱਗ ਜਾਏਗੀ ਧਮਕੀ ਮੈਨੂੰ ਮਿਲਣ ਰਹੀ ਹੈ ਇਸ ਤੋਂ ਪਹਿਲਾਂ ਮਾੜਾ ਕੀ ਕਰਿਆ ਸੀ ਅੱਗੇ ਵਿਧਾਇਕ ਕਿੱਥੇ ਬਣਾਓ ਫਿਰ ਤਾਂ ਅੱਗੇ ਵਿਧਾਇਕ ਬਣਾਵਾਂਗੇ ਬਬਲੀ ਨੂੰ ਬਬਲੀ ਜਿੱਤੇਗਾ ਬਬਲੀ ਇਹਨੇ ਕਹਿੰਦਾ ਬਬਲੀ ਨਵਾਂ ਕਹਿੰਦੀ ਜਿਹੜਾ ਮਾਰੇ ਕੁਛ ਨਵੀਂ ਆਸ ਹੈ ਵੀ ਮਾਰੇ ਕੰਮ ਕਰੇਗਾ ਨਵਾਂ ਛੋਰਾ ਹੈ ਨਵੀਂ ਊਰਜਾ ਹੈ ਸਭ ਕੁਛ ਨਵਾਂ ਬਾਤ ਕਰਾਂ ਪੇ ਪੁਰਾਣਾ ਕ੍ਰਿਸ਼ੀ ਮੰਤਰੀ ਆਪਣਾ ਹਰਿਆਣਾ ਦਾ ਕਾਂਗਰਸ ਰਾਜ ਮੈਂ 10 ਸਾਲ ਪਦ ਭਰਿਆ ਹੈ ਮੰਤਰੀ ਗਾ ਮੈਂ ਉਹ ਵੀ ਖੇਡਿਆ ਹੈ ਪੁਰਾਣਾ ਕ੍ਰਿਸ਼ੀ ਮੰਤਰੀ ਹੈ ਹਰਪਾਲ ਕਲਰ ਕਾ ਹੈ ਪੁਰਾਣਾ ਪਹਿਲਾਂ ਜਿੱਤੇ ਇਸਕਾ ਇਹੋ ਕਾਰਨ ਹੈ ਕਿ ਉਹ ਕਿਸੇ ਕੀ ਸੁਣਦਾ ਨਹੀਂ ਹੈਗਾ ਕਿ ਉਹ ਚੰਡੀਗੜ੍ਹ ਜਾਵਾਂ ਖਰਚਾ ਭਰਾਂ ਕਰਾਇਆ ਦਿਆਂ ਚੰਡੀਗੜ੍ਹ ਜਾ ਕੇ 12 ਵਜੇ ਉੱਪਰ ਦਾ ਉਤਰਿਆ ਆ ਲੋਕ ਇਸੇ ਤੰਗ ਆ ਗਏ ਲੋਕ ਇਸ ਨੂੰ ਨਹੀਂ ਪਸੰਦ ਕਰਦੇ ਰਾਮ ਰਾਮ ਮਿਸਤਰੀ ਜੀ ਰਾਮ ਰਾਮ ਜੀ ਠੀਕ ਠਾਕ ਹੋ ਠੀਕ ਠਾਕ ਜੀ ਬਰਾਲਾ ਨੇ ਕਿਸੇ ਕੰਮ ਕਰੇ ਬਰਾਲਾ ਨੇ ਜੋ ਕੰਮ ਕਰੇ ਜੀ 24 ਨੇ ਰਿਜ਼ਲਟ ਆ ਜਾਏਗਾ ਜੈਸਾ ਕਰਿਆ ਵੈਸਾ ਪਰ ਹੈਗਾ ਨਾ ਆਪਣੇ ਹਿਸਾਬ ਤੇ ਕੁਛ ਨਹੀਂ ਕਰਿਆ ਜੀ ਕੰਮ ਹੈ ਐਸਾ ਕੋਈ ਕੰਮ ਨਹੀਂ ਹੈ ਜੋ ਜਿਸ ਕੀ ਉਸਕੀ ਪ੍ਰਸ਼ੰਸਾ ਕਰੀ ਜਾਵੇ ਗੁਆਂਢੀ ਹੈ ਗੁਆਂਢੀ ਪਿਛਲੀ ਵਾਰ ਪੂਰਾ ਬਹੁਮਤ ਜਿਤਾਇਆ ਹੈ ਅਬ ਕੀ ਵਾਰ ਕੁਛ ਨਹੀਂ ਹੈ ਬਸਤਾ ਹੈ ਜੀ ਅਗਰ ਕੁਛ ਕਰਿਆ ਹੀ ਨਹੀਂ ਗਾ ਤਾਂ ਕੀ ਕਰੇਗਾ ਮੈਨੂੰ ਲੱਗ ਰਿਹਾ ਕਹਿਣ ਨੂੰ ਮਿਲਿਆ ਭ੍ਰਿਸ਼ਟਾਚਾਰ ਜੜ ਤੇ ਖਤਮ ਕਰ ਦਿਆ ਮੈਂ ਐਸਾ ਕੁਛ ਨਹੀਂ ਹੈ ਜੀ ਜ਼ਮੀਦਾਰਾਂ ਖਾਤਰ ਨੂੰ ਮਿਲਿਆ ਬੀਮਾ ਯੋਜਨਾ ਔਰ 2-2 ਹਜ਼ਾਰ ਰੁਪਏ ਵੀ ਕਿਹੜਾ ਦੀ ਖਾਤੇ ਮੈਂ ਇਹ ਵੀ ਮੈਂ ਬਤਾਊਂ ਇਸਮੇ ਵੀ ਆਪਣਾ ਪਕਸ ਦੇਖੇ ਐਸਾ ਕੁਛ ਨਹੀਂ ਹੈ ਜੋ ਉਸਕੀ ਪਾਰਟੀ ਕਾ ਹੈ ਜੋ ਉਹ ਜਾ ਰਹੇ ਹੈ ਉਹ ਨਹੀਂ ਕਾ ਮਿਲ ਰਿਹਾ ਜੋ ਨਹੀਂ ਜਾ ਰਹੇ ਉਹਨਾਂ ਕਾ ਕੋਈ ਨਹੀਂ ਆ ਰਿਹਾ ਅੱਗੇ ਟੁਆਣਾ ਵਿਧਾਇਕ ਕਿੱਥੇ ਬਣਾਉਣਾ ਪਸੰਦ ਕਰੋਗੇ ਇਹ ਬਬਲੀ ਆਵੇਗਾ ਜੀ ਬਬਲੀ ਇਹ ਕਹਿੰਦਾ ਬਿਲਕੁਲ ਆਵੇਗਾ ਜੀ ਸੇਵਕ ਹੈ ਸਮਾਜ ਸੇਵਾ ਹੈ ਠੀਕ ਹੈ ਰਾਜਨੀਤੀ ਮੈਂ ਤੋਂ ਅਬ ਆਇਆ ਹੈ ਪਹਿਲੇ ਸੇ ਸਮਾਜ ਸੇਵਕ ਪਾਛਲੀ ਗੇਟ ਜੇ ਬਾਤ ਕਰਾਂ ਮੈਂ ਜਿਹੜਾ ਦੂਸਰਾ ਨੰਬਰ ਕੀ ਪਾਰਟੀ ਰਹੀ ਹੈ ਇਨਐਲਓ INLD ਜੋਈ ਬਾਬਿਆ ਕਾ ਦੌਰਾ ਹੈ ਠੀਕ ਹੈ ਜੀ ਉਸਕਾ ਕੀ ਕੁਛ ਰੁਝਾਨ ਹੈ ਨਹੀਂ ਜੀ ਐਸਾ ਕੁਛ ਨਹੀਂ ਹੈ ਜੀ ਐਸਾ ਕੁਛ ਨਹੀਂ ਹੈ ਸਿਰਫ ਬਬਲੀ ਆਏਗਾ ਧੰਨਵਾਦ ਰਾਮ 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 ਭਾਈ ਸਾਹਿਬ ਕੀ ਕੰਮ ਕਰਿਆ ਬਈ ਦਿਹਾੜੀ ਮਜ਼ਦੂਰੀ ਰੇਟ ਰਾਟ ਸਹੀ ਮਿਲ ਜੇ ਹਾਂ ਵਧੀਆ 350 ਰੁਪਏ ਮਿਲਤੇ ਹੈ ਇੱਕ ਦਿਨ ਗੁਜ਼ਾਰਾ ਸਹੀ ਹੋ ਜੇ ਸਹੀ ਹੋ ਜੇ ਔਰ ਸਰਕਾਰ ਨੇ ਗੁਜ਼ਾਰਾ ਕਿਸਾ ਕਰਿਆ ਤਾਰਾ ਸਰਕਾਰ ਵੀ ਵਧੀਆ ਲੱਗ ਰਹੀ ਹੈ ਬਈ ਕੰਮ ਕਰਨ ਜੋ ਸਰਕਾਰ ਕਾ ਬਸ ਮੈਂ ਉਹ ਆਪਣਾ ਟਾਈਮ ਪੇ ਕਰਵਾਉਣ ਲੱਗ ਰਹੀ ਹੈ ਹਮਾਰੇ ਗਾਂਵ ਮੈਂ ਵੀ ਕਈ ਕੰਮ ਕਰਵਾਏ ਹੈ ਵੋਟ ਕਿਸ਼ਤੀ ਦੇਵੋ ਵੋਟ ਕਾ ਵੀ ਪੱਕਾ ਰਿਜ਼ਲਟ ਨਹੀਂ ਦੇ ਸਕਦੇ ਵੀ ਕਿਸ ਵੀ ਫਿਰ ਵੀ ਕਿਵੇਂ ਘਰਾਂ ਸਲਾਹ ਕਰੀ ਹੋ ਘਰ ਸਲਾਹ ਦਵਿੰਦਰ ਬਬਲੀ ਕੀ ਹੈ ਦਵਿੰਦਰ ਬਬਲੀ ਮੇਰੀ ਸ਼ੱਕੀ ਦਵਿੰਦਰ ਬਬਲੀ ਨੇ ਵੋਟ ਦੇਵਾਂ ਆਪੇ ਬੇ ਘਰ ਵਾਲਿਆਂ ਦਾ ਕੁਛ ਸਾਥ ਦਿਆ ਹੋਇਆ ਇਸ ਕਰਕੇ ਅੱਛਾ ਬਤਾ ਰਹੇ ਹੋਗੇ ਗੁਰਦੁਆਰਾ ਵੇਖੜਿਆ ਹੈ ਝੂਠ ਨਾ ਬੋਲ ਦਈਏ ਰਾਮ ਰਾਮ ਪ੍ਰਧਾਨ ਜੀ ਰਾਮ ਰਾਮ ਜੀ ਪਹਿਲੀ ਵਾਰ ਤੋਂ ਗੁਰਦੁਆਰਾ ਮੈਂ ਖੇਡਿਆ ਹੈ ਝੂਠੂਏ ਮੈਨੂੰ ਬੋਲਦਾ ਮੈਨੂੰ ਦੇਖਿਆ ਬਨਾਰ ਸੇ ਤੇਰੇ ਸ਼ਬਦ ਬਰਾਲਾ ਨੇ ਸੱਚੀ ਬਤਾਈਏ ਕਿਸੇ ਕੰਮ ਕਰੇ ਕੰਮ ਤਾਂ ਕੀ ਲਿਆ ਡੀ ਗਰੁੱਪ ਵਾਲੀ ਭਰਤੀ ਹੈ ਜੋ ਬਸ ਉਹ ਠੀਕ ਹੋਈ ਹੈ ਬਾਕੀ ਇਸਮੇ ਕੋਈ ਖਾਸ ਕੰਮ ਹੋਈ ਨਹੀਂ ਹੈ ਲੈ ਤੋ ਰਹੇ ਨੂੰ ਮਿਲਿਆ ਮੈਂ ਨੌਕਰੀ ਹੈ ਮੈਂ ਪਰਚੇ ਖਰਚੇ ਜੜੇ ਖਤਮ ਕਰ ਫਿਰ ਉਹੀ ਹੈ PhD ਵਗੈਰਾ ਕਰੇ ਹੋਏ ਲਾਏ ਡੀ ਗਰੁੱਪ ਮੈਂ ਉਹਨਾਂ ਕੋਈ ਫਾਇਦਾ ਥੋੜ੍ਹੀ ਨਾ ਹੈ ਅਗਰ ਕੋਈ ਅੱਛੀ ਜੋਬ ਦਿੱਤਾ ਉਹਨਾਂ ਕੋ ਜੈਸੇ ਕੋਈ BEd ਵਾਲੇ ਟੀਚਿੰਗ ਲਾਈਨ ਗਏ ਔਰ ਭਰਤੀ ਨਿਕਾਲਦਾ ਫਿਰ ਤੋਂ ਫਾਇਦਾ ਤਾਂ ਅਬ ਡੀ ਗਰੁੱਪ ਮੈਂ ਕਿਆ ਫਾਇਦਾ ਉਹਨਾਂ ਕਾ ਵੀ ਜੇ ਇਤਨੇ ਇਤਨੇ ਪੜ੍ਹੇ ਵੀ ਹੈ ਫਿਰ ਉਸਕੇ ਬਾਅਦ ਵੀ ਚਪੜਾਸੀ ਬਣਨਾ ਤਾਂ ਫਿਰ ਇਤਨੀ ਪੜ੍ਹਾਈ ਆ ਕਿ ਅੱਜ ਨੌਕਰੀਆਂ ਦਾ ਨਿਆਰਾ ਚੱਲਾਂ ਬੇ ਗਾਮ ਕਾ ਵਿਕਾਸ ਕੀ ਬਾਤ ਕਰਾਂ ਗਾਮ ਮੈਂ ਕਿਸੇ ਕੰਮ ਹੋਏ ਗਾਮ ਮੈਂ ਇਹ ਵੀ ਲਗਾ ਲਿਓ 2-4 ਗਲੀਆਂ ਬਣੀਆਂ ਬਾਕੀ ਪਹਿਲਾਂ ਐਸਾ ਕੋਈ ਖਾਸ ਕੰਮ ਹੋਇਆ ਨਹੀਂ ਇਤਨਾ ਅੱਗੇ ਵਿਧਾਇਕ ਕਿੱਥੇ ਦੇਖਣਾ ਚਾਹੁੰਦਾ ਅੱਗੇ ਤਾਂ ਬਾਕੀ ਦੇਖੋ ਆਹ ਬਬਲੀ ਕੀ ਹੋ ਰਹੀ ਹੈ ਬਾਕੀ ਸਾਥ ਬਰਾਲਾ ਗਏ ਦੇਵਾਂਗੇ ਆਹ ਵਾ ਬਬਲੀ ਕੀ ਵੋਟ ਬਰਾਲਾ ਗਾ ਹਾਂਜੀ ਠੀਕ ਹੈ ਰਾਮ ਰਾਮ ਤੋ ਰਾਮ ਰਾਮ ਪ੍ਰਦੇਸ਼ ਦੇ ਦੇਖ ਸੁਵਿਧਾ ਕੱਢਦਾ ਕਿਸੇ ਕੰਮ ਕਰੇ ਕਿਤਨੇ ਸੰਤੁਸ਼ਟ ਹੋ ਮੈਂ ਠੀਕ ਹੀ ਕਰਿਆ ਜੀ ਠੀਕ ਹੀ ਕਰਿਆ ਅੱਜ ਕੀ ਵਾਰ ਜੋ ਬਬਲੀ ਨਾਲ ਪਾਵਾਂਗੇ ਵੋਟ ਬਬਲੀ ਨੇ ਕਹਿੰਦਾ ਬਬਲੀ ਨੂੰ ਪਾਵਾਂਗੇ ਅੱਛਾ ਆਦਮੀ ਹੈ ਜੀ ਉਹ ਬਹੁਤ ਅੱਛਾ ਇਨਸਾਨ ਹੈ ਪਰਮਵੀਰ ਵੀ ਖੜਿਆ ਹੈ ਪਹਿਲਾਂ ਕ੍ਰਿਸ਼ੀ ਮੰਤਰੀ ਕੋਈ ਖੜਿਆ ਰਹੋ ਜੀ ਬਬਲੀ ਗਏ ਰਾਮ ਰਾਮ ਪ੍ਰਧਾਨ ਜੀ ਰਾਮ ਰਾਮ ਜੀ ਭਾਈ ਸਾਹਿਬ BJP ਪ੍ਰਦੇਸ਼ ਅਧਿਕਸ ਦੂਸਰਾ CM ਤਾਰਾੜ ਤੇ ਵਿਧਾਇਕ ਹੈ ਕਿਸੇ ਕੰਮ ਕਰੇਗਾ ਉਹਨੂੰ ਕੰਮ ਕਿਆ ਕਰ ਕੁਛ ਨਹੀਂ ਕਰ ਭਾਈਚਾਰੇ ਲੜਾਈ ਕਰਾਈ ਹੈ ਔਰ ਹਮ ਤੋ ਚਾਹਤੇ ਹੈ ਜੋ ਭਾਜਪਾ ਕੇ ਬੰਦੇ ਹੈ ਚਾਹੇ ਅਧਿਕਸ ਹੈ ਚਾਹੇ ਕੋਈ ਵੀ ਹੈ ਜੋ ਹਮਾਰੇ ਜੋ ਬਾਬਾ ਸਾਹਿਬ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਜੋ ਕਾਨੂੰਨ ਬਣਾਏ ਜੋ ਉਨਕੇ ਸਾਥ ਛੇੜਛਾੜ ਕਰ ਹਮਾਰੇ ਦੁਸ਼ਮਨ ਹੋ
आगे फिर टुवाना से विधायक किसको देखना पसंद करोगे? अभी कोई मैदान में है नहीं था, इसलिए हमने बबली चुन लिया। भी बबली एक ऐसा कैंडिडेट है, समाज से भी है, उसने कम से कम 20-25 हज़ार लोगों की आंखें बनाई, वो भी काम कर रहा है गांव के अंदर, गांव के पूरे हल्के के अंदर, बीमारियाँ इलाज शादी में जाना वगैरह वगैरह सारा। लेकिन हम तो चाहते हैं भी अगर बस कैंडिडेट तो जो है ना दीपेंद्र बबली है जो स्वावलंब हरा सकता है। राम राम ताऊ। राम राम जी। ठीक ठाक है? हाँ ठीक ठाक है जी। बीजेपी प्रदेश अध्यक्ष विधायक है, किसे काम करे हैं? कुछ नहीं काम करे, उसने दोनों जात पात फैलाई है हमारा। नू लग रहे हैं कहने नू लिया हमने तो एक समान काम करे हैं हरियाणा में। नहीं करे जी, नहीं करे। पूरा तो जात पात में मंदिर है, रोड़ा पवा है समझूना। नू भी कहो है नू लिया भ्रष्टाचार जड़े खत्म कर दिया। नहीं होया है भ्रष्टाचार खत्म। वोट किसती दोगे फिर? वोट बबली दे। बबली ने क्या बबली का जो भी जिस तरह भी वो माम गए थोड़े ठाई वास्ते गए प्रोग्राम वास्ते, प्रोग्राम नहीं दिया बराले ने। रविदास चौपाल का प्रोग्राम लेने जा हत्तर गए थे, प्रोग्राम नहीं दिया उसने, टाइम नहीं निकालिया है। राम राम भाई। राम राम जी। ठीक ठाक है? हाँ ठीक ठाक जी, बढ़िया। प्रदेश अध्यक्ष विधायक है। हाँ जी सर। दूसरा सीएम किसे काम करे हैं? कितने संतुष्ट? कुछ नहीं काम जी, कोई संतुष्टि नहीं हमें तो, मतलब गुआंडी है। हाँ गुआंडी है जी, कोई काम नहीं जी हमारा तो। या अपना तो बस भाई देवेंद्र सिंह बबली जिताने की बार तो बबली में जाके सारे सुन लग रहे हैं तारा काम। बहुत बढ़िया नेता है जी, अच्छे काम करता है, गरीबों की सुनता है, बढ़िया नेता है जी। परमवीर भी खड़े है, पूरा पुराना कृषि मंत्री है, दसा दे रहा है। देखो जी वो तो कौन सा पास क्या होगा जी, इलेक्शन का टाइम चलता रहता है जी। ऐसा बबली का नहीं? हाँ आपा तो बबली का नहीं है जी। देखो जी हमारी चपा लौट के गया था बराला साहब, अरे आज तक नहीं बना, ये गेट भी नहीं बना, डंगर आप अंदर गोबर करना रहे हैं। और फिर पाइप लाइन टूटी की देंगे उट्टी सी गली की, यह दबरी है। और खंबा लाइन देख बिजली की मेरे ऐन लगवाई थी बंदे ले, अरे आप उठ के गया था यार इस काम में, ठीक है? अरे कौन बने हमारे देख ले गोबर कर था मैं, अरे गेट तक लग रहा, अरे देख ले पाइप लाइन उड़े ना दबरी, पानी पाइप लाइन दबरी, अरे ना खंबा लाइन लग रही, उड़े कहाँ बसते को नहीं। फिर गए थे उसका दौरा कदे? हाँ गए थे, गए थे उराग मांग करी मंदिर में आया, नबक मंदिर में आया, मैं लिख कर लिस्ट दे दिया बारे में, अरे उठ के गया, अरे इब लगनी बना रखी मैं पानी डूबा उसका, मैं सारे कमरे पानी पर जाम बरस राम बरसा है। अरे आप उठ गया था लिस्ट बना के दी मैंने मकान के सारे जी, अरे हमारे मकान रुक रहे, मकान पास हो हमारे यारे, मेरे घर की छत गिरी, मेरे चारे पोता पितर दबे, अरे आप मौका का आप आया देख, अरे वीडियो बना के ले गया, पत्रकार बुलाया हूँ अवतार कर ले गया, अरे कहे कब को कोठी में आ जाएगा फिर तेरा समाधान करांगे, मैं कोठी में कभी सुनिए कोई नहीं। विभाग का कितनी विधायक बनाना चाहिए? हाँ बबली साहब ने, बबली ने कहना है बबली बंदा सही है ना, इस टाइम सबका गुजरक का लड़कियाँ का और सबका आँखों के बारे में सारा करना है काम वो। राम राम प्रधान। राम राम जी। प्रदेश अध्यक्ष बराला तारा गुआंडी विधायक है और दूसरा सीएम है, किसे काम कर रहे हैं? कुछ नहीं करे जिसने, अपने पता है के करखे इसने एरिया में कुछ नहीं करे। अरे तू आया तुम्हें किसे काम करे भाई? ठीक है जी काम घूम तो बस आपके सामने है देख लियो, कोई सफाई नहीं, कोई व्यवस्था नहीं, कोई कानून व्यवस्था नहीं, कोई सरपंच वीडियो नहीं कर, कोई आपके सामने दो चार गली जरूर बनी है और सारे पेंडिंग पड़े हैं जी। जमींदार खातर किसा के करे है? एक तो बीमा स्कीम लिया है। हाँ जी हाँ जी। 2000 रुपये दिए हैं बस जी, एक जुमला था जिस तरह अमित शाह कह रहे थे कि 15-15 लाख तरह खाता मांगा मांगे, पत्रकार पूछ रहे थे उनसे कह जी, ये तो एक जुमला था वोटों के लिए जुमला था, ये भी एक 2000 रुपये देकर किसी के खाते में गुमराह कर रहे हैं, कोई जुमला नहीं है, ये तो एक जैसे डूम रुक के मारता है ना वैसे वही रुक के मार रहे हैं जो, और कुछ नहीं इनके पास। टुवाणा का विधायक का सरताज हम देवेंद्र सिंह बबली को बनाएंगे जी। बबली ने क्या भाई परमवीर भी है ये जी, बहुत ही बढ़िया समाज सेवी है, 12-13 साल से हल्के के बीच में है, लोगों की सेवा कर रहे हैं, नेत्रदान नेत्र शिविर लगा रहे हैं, लोग बूढ़ों की मान सम्मान कर रहे हैं, बेटियों को कन्यादान कर रहे हैं और गरीब बच्चों की शादियां भी करवा रहे हैं, जो शिक्षा के लिए जिस परिवार में बेटियां पढ़ नहीं सकती उनके लिए शिक्षा के लिए मुफ्त पीस भी भरते हैं दुर्गा कॉलेज में, सहायता कर रहे हैं और बसें भी दे रखी हैं, बहुत सी ऐसी चीज़ें हैं जो देवेंद्र सिंह बबली कर रहे हैं, हालांकि जो कि अभी तक सामाजिक सेवा कर रहे हैं, और अगर इनके राजनीति की जो विधानसभा की कुंजी इनके हाथ में हम देंगे तो अब तो फिर तो हमारे हल्के के बारे न्यारे हो जाएंगे। प्रदेश अध्यक्ष ने तारा गाँव में किसे काम करे? गाँव में कुछ नहीं करी जी, गुंडागर्दी चल रही है और कुछ नहीं चला है गाँव में,
पार्टी बाजी बनाई है इसन काम में, इन्हें कोई काम नहीं कर, किसी का जगह पूछ रहे तो किसी ने कोई काम करे जी ना, किसी का कोई काम नहीं करे। हम तो दविंदर बबली ने वोट देंगे, उसने दिन देने की। राम राम प्रधान जी। राम राम जी। प्रदेश से देख तारा गुंडी किसे काम करे तारा काम में, हमारा काम में नहीं हुआ कुछ भी, बस एक गली के टोल डी लुवाए हैं चार, ये तो आई पास सरकार लाम है हमारा डग, उसका दो कनाल खाली बड़ी है जो तालाब खोदन खातर, वो नहीं खोदे अभी लोग, पाँच साल हो गए। और वह बाकी जो सा है एक बोर है खराब पानी है उसका जमा है, वो नहीं पट्टे है, पाँच साल हो गए, हार का उसी का फिर पीना पड़ रहा है। केवरा खट्टराज टेलीविजन में सुने था मतलब नूलिया में समान विकास कराया पूरा हरियाणा में, वो पर करा दियो का मार लो तो कोई समान विकास आया नहीं, वह एक दो गलियां में टोल डे लाग रहे हैं, वो तो हमें देख लियो जाके, और बाकी तो कोई नया काम तो है नहीं भाई, कोई नया काम ले आया वो हमारा देड़ी पे काम है, देड़ी पे आग लगा है हमारा तो कुछ करे नहीं। नौकरियाँ मैंने को है पर्ची खर्चे बंद कर दी हमने, पर्ची खर्ची बंद हो गया करेंगे, पैसा गला लग गया एक दो लाग गया होगा, पैसा गला लग गया जो भी लग गया एक दो लाग गया होगा, चल वो उस खातर पर्ची बंद होगी, कोई नंबर आना भी तो लग गया, एक आधा तो देना पड़े इन्हों देना पड़ता होगा बस। फिर विधायक देखना चाहो देवेंद्र बबली है भाई, एक तरफा है हमारा काम है तो नेरा एक तरफा है। राम राम प्रधान। राम राम। तेरे हिसाब से किसे काम करेगा? देखो जी पहली बात तो इसने मतलब भाईचारा ख़त्म कर दिया हर गांव में, मतलब बिड़ाने का काम किया है, जाति पाति का काम किया है, यहाँ यहाँ नहीं मतलब हर जगह, और नंबर दो को शिक्षा का नहीं करेगा, मतलब अपना अपना विकास किया है। आगे टुवाणा का विधायक की देखना भाई देवेंद्र सिंह बबली, क्योंकि वो लड़कियों शिक्षा के लिए भी कर रहे हैं, दुर्गा स्कूल में बस भी दी हैं, गरीबों के लिए भी कर रहे हैं, और कम से कम 10,000 उसने आँखों के ऑपरेशन करवाए हैं फ्री, कोई बगैर लालच के। परमवीर भी है पुराना कृषि मंत्री है, 10 साल रहे हैं। परमवीर सिंह का क्या पता जी, कभी तो वो अफोर्ड आ जाए बीजेपी में जाऊँगा, उसका कोई स्टैंड ही नहीं रहा।